ਜਗਜੀਤ ਸਿੰਘ ਹੈਗਾ ਜੀ। ਹਾਂਜੀ ਕਿੱਥੋਂ ਦੇ ਰਹਿਣ ਵਾਲੇ? ਨਿਊ ਸ਼ੀਤੂ ਜੀ ਗਲੀ ਨੰਬਰ। ਕੀ ਗੱਲ ਹੈ ਸਾਰੀ? ਗੱਲ ਇਹ ਕਿ ਬੱਚਾ ਚਲੋ 3 ਮਹੀਨੇ ਹੋ ਗਏ ਵਿਆਹ ਹੋਏ ਨੂੰ, ਇਹ ਬੱਚਾ ਇਹ ਮੇਰੀ ਦੂਸਰੀ ਵਾਈਫ ਦਾ ਹੈਗਾ, ਪਿੱਛੋਂ ਲੈ ਕੇ ਆਈ ਆ, ਅਤੇ ਇਹਦਾ ਨਾਂ ਹੈਗਾ ਮਨਪ੍ਰੀਤ ਕੌਰ, ਬੱਚੇ ਦਾ ਨਾਮ ਪ੍ਰਥਮਜੀਤ ਪ੍ਰਥਮਜੀਤ ਸਿੰਘ ਹੈਗਾ। ਗੱਲ ਹੈਗੀ ਹੈ ਕਿ ਉਹ ਪ੍ਰੇਮ ਨਾਲ ਪਿਆਰ, ਬੱਚਾ ਪਿਆਰ ਦਾ ਭੁੱਖ ਹੁੰਦਾ ਸਭ ਤੋਂ ਗੱਡੀ ਗੱਲ, ਉਹ ਬੱਚਾ ਪਿਆਰ ਨਾਲ ਜਿੱਦਾਂ ਉਹਨੂੰ ਰੱਖੀਆਂ ਮੇਰੇ ਨਾਲ ਰਿਹਾ, ਇਹ ਕਹਿੰਦੀ ਕਿ ਤੂੰ ਉਹਨਾਂ ਵਿਆਹਿਆ ਵਾ ਜਾਂ ਮੇਰੇ ਨਾਲ ਵਿਆਹਿਆ ਵਾ, ਮੈਨੂੰ ਕਿਉਂ ਨਹੀਂ ਟਾਈਮ ਦਿੰਦਾ? ਕੋਈ ਸਾੜਿਆ ਨੀ ਵਾਹਿਗੁਰੂ, ਇਹ ਸੱਚ ਹੈਗੇ, ਇਹ ਇਹ ਕਰਾ ਲੈਣ ਉੱਥੇ ਕੀ ਕਹਿੰਦੇ ਜਾ ਕੇ ਮਿਲਾਇਆ, ਜੇ ਸਾੜਿਆ ਹੋਊਗਾ ਬੱਚੇ ਕੋ ਪੁੱਛੀ ਜਾਵੇ, ਠੀਕ ਹੈ ਨਾ ਵਾਹਿਗੁਰੂ। ਬਾਕੀ ਗੱਲ ਹੈਗੀ ਕਿ ਇਹ ਮਾਂ ਨੂੰ ਮੈਂ ਸਮਝਾਉਂਦਾ ਨਾ ਕਿ ਨਾ ਮਾਰੇ ਕਰ, ਛੱਡ ਦੇ, ਪਰ ਇਹ ਕਹਿੰਦੀ ਜਿਹੜਾ ਪਲਦਾ ਵਾ ਇਹਨੂੰ ਵੀ ਨਹੀਂ ਮੈਂ ਰਹਿਣ ਦੇਣਾ, ਢਿੱਡ ਜਿਹੜੇ ਮੇਰਾ ਬੱਚਾ ਪਲਦਾ ਵਾ। ਕਹਿੰਦੀ ਇਹ ਵੀ ਫਿਰ ਵੇਖੀ ਨੇ, ਇਹਨੇ ਨੂੰ ਉਹਨੀਆਂ ਲੱਤਾਂ ਉੱਧਰ ਮਾਰੀਆਂ ਕਿ ਕਹਿਣ ਦਾ ਕੀ ਹਿਸਾਬ ਆ, ਇਹਦੀ ਜਿਹੜੀ ਬੱਚਾ ਜਿਹੜਾ ਥੈਲੀ 'ਚ ਹੁੰਦਾ ਵਾ ਉਹ ਥੈਲੀ ਕੀ ਪਾੜ, ਇਹਦੀ ਸਲਵਾਰ ਸਾਰੀ ਲਹੂ ਨਾ ਭਰ ਗਈ, ਜਦੋਂ ਲਹੂ ਨਾ ਭਰ ਗਈ ਤੇ ਮੈਂ ਬੱਚੇ ਨੂੰ ਵੇਖਾਂ, ਬੱਚਿਆਂ ਨੂੰ ਲੱਗਾ ਦੰਦ ਟੁੱਟ ਗਿਆ, ਪਰ ਇਹਨਾਂ ਨੇ ਕਿਹਾ ਕਿ ਮੈਂ ਜਨਾਨੀ ਨੂੰ ਫਟਾਫਟ ਰਣਜੀਤ ਹੋਸਪਿਟਲ ਲੈ ਕੇ ਚੱਲ ਗਿਆ, ਮੈਂ ਕਿਹਾ ਜਨਾਨੀ ਡੇਗੀ ਮੈਂ ਫਿਰ ਬਚਾ ਪਿੱਛੇ ਦੇ ਕੋਈ ਗੱਲ ਨਹੀਂ, ਪਰ ਇਹਨਾਂ ਨੇ ਮੈਨੂੰ ਇੰਨਾ ਤੰਗ ਕੀਤਾ ਕਿ ਨਜਾਇਜ਼ ਹੀ ਮੇਰੇ 'ਤੇ ਦਰਖਾਸਤ ਦੇ ਦਿੱਤੀ ਕਿ ਪਿਓ ਨੂੰ ਕੁੱਟਿਆ, ਮੈਂ ਸੋ ਉਹਨੂੰ ਇਹਦੇ ਉੱਤੇ ਉਹਨਾਂ 15-16 ਹਜ਼ਾਰ ਰੁਪਏ ਰਣਜੀਤ ਹੋਸਪਿਟਲ ਲਾਇਆ, ਉਹਨਾਂ ਉਹ ਵੀ ਬੱਚਾ ਆ ਵੀ ਬੱਚਾ ਬਚਾਇਆ, ਉਹ ਮੇਰੇ ਕੋਲ ਸਬੂਤ ਹੈਗਾ ਵਾ ਬੱਚੇ ਕੁੱਟਣ ਦੀ ਵੀਡੀਓ ਤੁਹਾਡੇ ਕੋਲ ਬਣੀ। ਹਾਂਜੀ ਹਾਂਜੀ ਵਾਹਿਗੁਰੂ, ਉਹ ਮੈਂ ਤਾਂ ਬਣਾਈ ਕਿਉਂਕਿ ਮੈਂ ਇਹ ਹਟਦੀ ਨਹੀਂ ਸੀ, ਮੈਂ ਇੱਥੋਂ ਧਾਰਦਾ ਨੂੰ ਛੱਡ, ਮੈਂ ਕਿਹਾ ਛੱਡਦੇ ਪਰ ਨਹੀਂ ਹਟਦੀ, ਪਰ ਇਹਨੇ ਪੂਰਾ ਜ਼ੋਰ ਲਾਤਾ ਕਿ ਹਾਂ ਵੀ ਤੂੰ ਜੋ ਮਰਜ਼ੀ ਗੱਲ ਆ ਮੈਂ ਆਪਣੀ ਛੇਤੀ ਕਰੋ। ਹਾਂਜੀ ਭਾਈ ਹੁਣ ਦੱਸੋ। ਭਾਈ ਮੇਰਾ ਨਾਂ ਦਲੇਰ ਸਿੰਘ ਆ ਅਤੇ ਅਸੀਂ ਇਹਨਾਂ ਦੇ ਮੁਹੱਲੇ 'ਚ ਹੀ ਰਹਿੰਦੇ ਹਾਂ ਮਹਿੰਦਰਾ ਕਲੋਨੀ ਦੇ ਵਿੱਚ, ਠੀਕ ਹੈ ਜੀ। ਅਤੇ ਅਸੀਂ ਵੀਡੀਓ ਵੇਖੀ, ਸਾਰਿਆਂ ਨੇ ਵੇਖੀ, ਅਸੀਂ ਪਹਿਲਾਂ ਕੱਢਿਆ ਚਲੋ ਮੰਨਿਆ, ਬਟ ਇਹਨਾਂ ਦਾ ਕੀ ਫਰਜ਼ ਬਣਦਾ, ਕਿੱਦਾਂ ਇੰਨਾ ਪਿਆਰ ਨਾਲ ਕਹਾਂਗੇ ਨਾ ਮਾਰ ਨਾ ਮਾਰ, ਇਹ ਕੋਈ ਗੱਲ ਨਹੀਂ ਹੁੰਦੀ, ਮਾਰਨਾ ਬਚਾਉਣਾ ਹੁੰਦਾ ਨਾ ਬੰਦੇ ਨੇ, ਤਾਂ ਚੰਗੀ ਤਰ੍ਹਾਂ ਜਾ ਕੇ ਬਚਾਉਂਦਾ, ਐਡਾ ਹੱਟਾ ਖੱਟਾ ਬੰਦਾ ਯਾਰ, ਉਹਨੂੰ ਨਹੀਂ ਪ੍ਰੂਫ ਹੈਗੇ, ਇਸ ਪ੍ਰੂਫ ਹੀ ਦੇ ਦੇਣਾ ਡਾਕਟਰ ਅਰਚਨਾ ਅਗਰਵਾਲ ਕੋ ਪੁੱਛੋ, ਉਹਨੇ ਕਿਹਾ ਕਿ ਬੱਚਾ ਇਹ ਠਹਿਰ ਗਿਆ ਵਾ ਤੇ ਇਹਨੂੰ 3 ਮਹੀਨੇ ਕਿੱਥੇ ਨਹੀਂ ਜਾਣ ਦੇਣਾ, ਇਹਨੂੰ 3 ਮਹੀਨੇ ਉਹ ਭਾ ਵੀ ਹਾਂਜੀ ਨਹੀਂ, ਇਹ ਕਹਿੰਦੇ ਮੈਂ 3 ਮਹੀਨੇ ਨੂੰ ਕਿਉਂ ਨਹੀਂ ਘਰੋਂ ਜਾਣ ਦਿੱਤਾ, ਤੁਹਾਡੇ ਸਾਹਮਣੇ ਆ, ਤੁਹਾਡੇ ਸਾਹਮਣੇ ਆ ਦੋ ਵਜੇ ਤੱਕ ਇਹਨਾਂ ਮੈਨੂੰ ਹਰਾਸਮੈਂਟ ਕੀਤਾ ਕਿ ਤੇਤੇ ਅੱਜ 1 ਹਫ਼ਤਾ ਹੋ ਗਿਆ ਤੇਤੇ ਪਰਚਾ ਕਰਾਉਣਾ ਹੀ, ਤੈਨੂੰ ਫਾਂਸੀ ਲਵਾਉਣੀ ਹੋ ਤੇਤੇ ਪਰਚਾ ਕਰਾਉਣਾ ਹੀ, ਤੇ ਮੈਂ ਕਿਹਾ ਠੀਕ ਆ ਫਿਰ ਤੁਸੀਂ ਏਦਾਂ ਹੋਣਾ, 3 ਦਿਨ ਹੋ ਗਏ, 5 ਦਿਨ ਹੋ ਗਏ, 6 ਦਿਨ 3 ਸਾਲ ਦਾ ਬੱਚਾ ਪ੍ਰਥਮਜੀਤ ਸਿੰਘ। ਇੱਕ ਫੇਸਬੁੱਕ 'ਤੇ ਵੀਡੀਓ ਵਾਇਰਲ ਹੋਈ ਹੈ ਜਿਹੜੀ ਸ਼ਹੀਦ ਊਧਮ ਸਿੰਘ ਨਗਰ ਗਲੀ ਨੰਬਰ 2 ਦੇ ਵਿੱਚ ਇੱਕ ਔਰਤ ਆਪਣੇ ਛੋਟੇ ਬੱਚੇ ਨੂੰ ਮਾਰਕੁੱਟ ਕਰ ਰਹੀ ਆ, ਅਤੇ ਉਹਦਾ ਜਿਹੜਾ ਸੈਕਿੰਡ ਪਤੀ ਆ ਉਹ ਵੀਡੀਓ ਬਣਾ ਰਿਹਾ, ਅਤੇ ਇਹ ਸਾਡੀ ਨੌਲੇਜ 'ਚ ਆ ਜਿਹੜਾ ਮਾਮਲਾ ਹੁਣ ਆ ਗਿਆ ਜੀ, ਅਸੀਂ ਇਸ ਚੀਜ਼ ਨੂੰ ਸਾਰਾ ਵੈਰੀਫਾਈ ਕਰ ਰਹੇ ਹਾਂ ਔਰ ਸਾਰੀ ਗੱਲ ਜਿਹੜੀ ਇਹ ਕਲੀਅਰ ਕਰਕੇ ਜਲਦੀ ਹੀ ਸਾਰੇ ਮੈਟਰ ਨੂੰ ਵੈਰੀਫਾਈ ਕਰਕੇ ਦੋਸ਼ੀਆਂ ਦੇ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਆ, ਕਿਉਂਕਿ ਇੱਕ ਛੋਟੇ ਬੱਚੇ ਨੂੰ ਮਾਰਨਾ ਇੱਕ ਬਹੁਤ ਜ਼ਿਆਦਾ ਗਲਤ ਆ ਕਾਨੂੰਨ ਦੇ ਮੁਤਾਬਕ ਵੀ ਅਤੇ ਇਨਸਾਨੀਅਤ ਦੇ ਮੁਤਾਬਕ ਵੀ, ਇਸ ਕਰਕੇ ਕਿਸੇ ਵੀ ਦੋਸ਼ੀ ਨੂੰ ਇਸ ਮੈਟਰ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ।